ਸਬਸਕ੍ਰਾਈਬ ਕਰੋ ਚੈਨਲ ਨੂੰ ਅਤੇ ਹਰ ਅਪਡੇਟ ਪਹਿਲਾਂ ਪ੍ਰਾਪਤ ਕਰੋ ਜੀ। ਇਹ ਮੁੰਡਾ ਰਾਤੀ ਸੁੱਤਾ ਨਹੀਂ ਹੈ, ਜੇ ਤੁਸੀਂ ਕਿਤੇ ਇਹ ਨਾ ਸੋਚਣਾ ਕਿ ਹਮੇਸ਼ਾ ਸੁੱਤਾ ਰਹਿੰਦਾ ਹੈ, ਅਤੇ ਇਹ ਸਿਰਫ ਕੱਲ੍ਹ ਰਾਤ ਥੋੜ੍ਹਾ ਜਿਹਾ ਵਿਚਾਰਾ ਕਹਿੰਦਾ ਸੀ ਮੈਂ ਸਵੇਰੇ ਭਾਅ ਜੀ ਸੁੱਤਾ 2 ਘੰਟੇ ਬਸ। ਚਲੋ ਮੈਂ ਕਿਹਾ ਕੋਈ ਗੱਲ ਨਹੀਂ। ਸੋ ਜੀ ਸਵਾਗਤ ਹੈ ਫਿਰ ਤੋਂ ਤੁਹਾਡਾ, ਅਤੇ ਅਸੀਂ ਤੁਰ ਪਏ ਹੋਏ ਹਾਂ ਜੀ ਆਪਣਾ ਔਨ ਦਾ ਵੇ ਸੁਰ ਸਿੰਘ ਨੂੰ ਜੀ, ਅਤੇ ਉੱਥੇ ਗੁਰਦੁਆਰਾ ਪੰਪੜ ਸਾਹਿਬ ਪ੍ਰੋਗਰਾਮ ਹੈ ਜੀ। ਇੱਥੇ ਗੱਡੀ ਦਾ ਤੇਲ ਮੁੱਕ ਗਿਆ, ਅਸੀਂ ਤੇਲ ਪਵਾ ਲਈਏ ਅਤੇ ਫਿਰ ਬਾਕੀ ਅਪਡੇਟਾਂ ਤੁਹਾਨੂੰ ਦਿੰਦੇ ਜਾਂਦੇ ਹਾਂ ਜੀ। ਲਓ ਜੀ ਅਸੀਂ ਪਹੁੰਚ ਗਏ ਹਾਂ ਜੀ ਸੁਰ ਸਿੰਘ ਪਿੰਡ ਦੇ ਵਿੱਚ। ਦੇਖੋ ਜੀ ਇੱਥੇ ਸੰਗਤਾਂ ਜਾ ਰਹੀਆਂ ਟਰਾਲੀਆਂ ਭਰ ਭਰ ਕੇ, ਅਸੀਂ ਵੀ ਬਸ 2 ਮਿੰਟ ਤੱਕ ਪਹੁੰਚ ਜਾਣਾ। ਪਹੁੰਚ ਗਏ ਹਾਂ ਜੀ ਗੁਰਦੁਆਰਾ ਭੰਬਰ ਸਾਹਿਬ। ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮਾੜੇ ਇੱਦਾਂ ਨਾ ਖੜੇ ਹੋ, ਇੱਥੇ ਬੈਠੋ ਇੱਦਾਂ। ਹਾਂ ਇਹਨਾਂ ਨੂੰ ਤੁਸੀਂ ਜਾਣਦੇ ਹੀ ਹੋ, ਅਸੀਂ ਤੁਹਾਨੂੰ ਪਹਿਲਾਂ ਵੀ ਮਿਲਾਇਆ ਹੋਇਆ। ਇਹ ਸਾਡੇ ਸੋਢਾ ਸਿੰਘ ਜੀ ਸਾਡੇ ਭਰਾਵਾਂ ਵਾਂਗੂ ਹੈ, ਸਹੀ ਜੀ ਅਸੀਂ ਕਦੀ ਫਰਕ ਨਹੀਂ ਸਮਝਿਆ। ਅਤੇ ਇਹ ਅਸਥਾਨ ਵੀ ਸਾਡਾ ਆਪਣਾ ਘਰ ਵਰਗਾ ਅਸਥਾਨ ਹੈ ਜੀ। ਇਹ ਗੁਰਦੁਆਰਾ ਭੰਬਰ ਸਾਹਿਬ ਬਾਬਾ ਜੀ ਬਾਬਾ ਗੁਰਬਚਨ ਸਿੰਘ ਜੀ, ਅਤੇ ਜਿਨ੍ਹਾਂ ਦੇ ਸੁਭਾਅ ਤੋਂ ਵੀ ਤੁਸੀਂ ਸਾਰੇ ਵਾਕਫ ਹੋ, ਕੀਰਤਨ ਨਾਲ ਇੰਨਾ ਪਿਆਰ ਕਰਦੇ ਆ, ਕੀਰਤਨੀ ਨਾਲ ਇੰਨਾ ਪਿਆਰ ਕਰਦੇ ਆ, ਅਤੇ ਹਮੇਸ਼ਾ ਜਦੋਂ ਵੀ ਇੱਥੇ ਆਈਦਾ ਅਤੇ ਵਾਰ ਵਾਰ ਆਉਣ ਨੂੰ ਜੀ ਕਰਦਾ, ਕਿਉਂਕਿ ਇੱਥੇ ਸਾਰੀ ਸੰਗਤ ਹੀ ਉਹ ਕੀਰਤਨ ਰਸ ਦੇ ਵਿੱਚ ਡੁੱਬੀ ਹੁੰਦੀ ਹੈ, ਅਤੇ ਜਦੋਂ ਸਾਰੀ ਸੰਗਤ ਕੀਰਤਨ ਦਾ ਆਨੰਦ ਮਾਣੇ ਤਾਂ ਉੱਥੇ ਕੀਰਤਨ ਦਾ ਵੀ ਆਨੰਦ ਬਹੁਤ ਬਣਦਾ ਵਾ। ਅਤੇ ਭਾਅ ਜੀ ਹੁਣੀ ਇੰਨੀ ਸੇਵਾ ਕਰਦੇ ਆ ਇੱਥੇ, ਜਦੋਂ ਵੀ ਆਈਦਾ ਇੰਨਾ ਪਿਆਰ ਬਖਸ਼ਿਸ਼ ਕਰਦੇ ਆ, ਅਤੇ ਲੰਗਰ ਪਾਣੀ ਦੀ ਐਨ ਖੂਬ ਸੇਵਾ ਕਰਦੇ ਆ। ਅਤੇ ਇਹ ਸਤਿਗੁਰ ਦੇ ਚਰਨਾਂ ਦੇ ਵਿੱਚ ਅਰਦਾਸ ਹੈ ਕਿ ਪਿਆਰ ਸਾਡਾ ਬਣਿਆ ਰਹੇ ਅਤੇ ਮਾਲਕ ਇਹਨਾਂ ਨੂੰ ਤੰਦਰੁਸਤੀ ਬਖਸ਼ਣ, ਚੜ੍ਹਦੀ ਕਲਾ ਬਖਸ਼ਣ। ਧੰਨਵਾਦ ਭਾਈ, ਵਾਹਿਗੁਰੂ ਜੀ ਕਾ ਖਾਲਸਾ। ਅਮਨਜੋਤ ਸਿੰਘ ਥੱਕ ਗਏ ਹੋ? ਇਹ ਮੈਨੂੰ ਯਾਦ ਆ ਗਿਆ ਜਦੋਂ ਪੰਜਾਬ ਸਾਹਿਬ ਆਪਾਂ ਗਏ ਸੀਗੇ ਨਾ, ਉਦੋਂ ਵੀ ਕੁਛ ਇੱਦਾਂ ਦੇ ਹਾਲਾਤ ਹੋਏ ਪਏ ਸੀ ਕਿ ਕੀਰਤਨ ਤੋਂ ਪਹਿਲਾਂ ਥੱਕ ਗਿਆ ਸੀ। ਹਾਂਜੀ ਅੱਛਾ, ਕੋਈ ਨਹੀਂ ਮੈਂ ਵੀ ਥੱਕਿਆ ਹੋਇਆ, ਅਤੇ ਪਰ ਕੀਰਤਨ ਕਰਕੇ ਫਿਰ ਹੀ ਮੈਂ ਚੰਗੀ ਤਰ੍ਹਾਂ ਥੱਕਾਂਗਾ, ਇੰਨੇ ਤਾਂ ਮੇਰਾ ਗਲਾ ਖਰਾਬ ਹੋ ਜਾਣਾ। ਅਤੇ ਮੈਨੂੰ ਇਹ ਹੈ ਵੀ ਕੀਰਤਨ ਕਰ ਲਈਏ ਅਤੇ ਫਿਰ ਥੋੜ੍ਹਾ ਜਿਹਾ ਬੰਦਾ ਥੱਕਦਾ ਚੰਗਾ ਵੀ ਲੱਗਦਾ, ਅਤੇ ਪੱਗ ਜਿਹੜੀ ਹੈ ਨਾ ਇਹ ਵੀ ਢਿੱਲੀ ਹੋ ਜਾਂਦੀ ਹੈ। ਸੋ ਯਾਰ ਚਾਹ ਪੀ ਲਈ ਹੈ, ਮੈਂ ਕਹਿੰਦਾ ਤਾਂ ਹੀ ਥੋੜ੍ਹਾ ਜਿਹਾ ਚੁਸਤੀ ਆਏਗੀ। ਤੁਹਾਡਾ ਭਾਅ ਜੀ ਨੂੰ ਮਾਰੋ ਫੋਨ ਜਿਹੜਾ ਮਾੜਾ ਜਿਹਾ, ਕਿਉਂਕਿ ਚਾਹ ਛਕਾ ਦਿਓ ਫਿਰ ਆਪਾਂ ਕੀਰਤਨ 'ਤੇ ਜਾਂਦੇ ਹਾਂ। ਨੀ ਦਾ ਮਗਾ ਮਾ ਨੀ ਦਾ ਮਗਾ ਮਾ ਦੇ
sa ni sa da ni sa ga ma da ni sa da ni sa ga ma da ni sa da ni sa ga ma da ni sa har kirpa te sar pe deya sari da da ni da ma ga ma da ni da ni sa ma ga ni da dhani sa ga ma da ni da ni 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 da ni da sa ni da ga ma re sa ni sa har kirpa te प्रकट भई सगले जो अंतर प्रकट भई सगले जो प्रकट भई सगले जो अंतर प्रकट भई सगले जो गुरु नानक की बनाई ਕਰਾਂਗਾ ਮਹਾਂਪੁਰਖਾਂ ਦੇ ਪਾਸੋਂ ਆਪ ਸਨਮਾਨ ਪ੍ਰਾਪਤ ਕਰੋ ਜੀ ਅੱਜ ਦੇ ਸਮੇਂ ਜਿੱਥੇ ਮਹਾਰਾਜ ਸਾਹਿਬਾਂ ਦੀ ਦੇਖੋ ਜੀ ਸਾਡੇ ਬੜੇ ਪਿਆਰ ਵਾਲੇ ਗੁਰੂ ਘਰ ਦੇ ਕੀਰਤਨ ਬੜਾ ਸੋਹਣਾ ਕੀਰਤਨ ਕਰਦੇ ਨੇ ਇਹ ਇੱਥੋਂ ਸੁਰ ਸਿੰਘ ਤੋਂ ਜੀ ਇਹ ਬੜਾ ਇਹਨਾਂ ਨੂੰ ਸੁਣ ਸੁਣ ਕੇ ਵੀ ਬੜਾ ਸਿੱਖੀਦਾ ਸੀ ਜਿੱਥੋਂ ਸਿੱਖਣ ਨੂੰ ਮਿਲ ਜਾਵੇ ਨਾ ਇਹ ਸਿੱਖ ਲਈਦਾ ਜਗਰੂਪ ਸਿੰਘ ਜੀ ਇਹ ਕੀਰਤਨ ਨਾਲ ਬੜਾ ਪਿਆਰ ਕਰਨ ਵਾਲੇ ਨੇ ਅਤੇ ਮੈਂ ਅੱਜ ਸ਼ਬਦ ਗਾਇਨ ਕੀਤਾ ਬਾਬਾ ਫਿਰ ਮੱਕੇ ਗਿਆ ਉਹਨੂੰ ਮੈਨੂੰ ਹੁਕਮ ਹੋਇਆ ਸੀ ਇਹਨਾਂ ਦਾ ਮੈਂ ਕਿਹਾ ਇਹ ਸ਼ਬਦ ਮੈਂ ਬੜਾ ਘੱਟ ਪੜਿਆ ਹੋਇਆ ਕਿੱਥੋਂ ਸੁਣ ਲਿਆ ਕਹਿੰਦੇ 4-5 ਸਾਲ ਪੁਰਾਣਾ ਸੁਣਿਆ ਹੋਇਆ ਮੈਂ ਕਿਹਾ ਤਾਂ ਹੀ ਮਲੇਸ਼ੀਆ ਵਾਲੀ ਵੀ ਰਿਕਾਰਡਿੰਗ ਸੁਣੀ ਹੋਣੀ ਇਹਨਾਂ ਨੇ ਆਪਾਂ ਬੜਾ ਘੱਟ ਘੱਟ ਗਾਈ ਸ਼ਬਦ ਨਾ ਬੜਾ ਪਿਆਰ ਕਰਦੇ ਨੇ ਧੰਨਵਾਦ ਸਾਰਿਆਂ ਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹਦੇ ਧਿਆਨ ਗੱਲ ਆਉਣ ਲੱਗਿਆ ਮੈਂ ਕਿਹਾ ਅੱਗੇ ਟਰੱਕ ਘੱਟ ਹੁੰਦੇ ਆ ਰੋਡ ਬਲੌਕ ਕਰਨ ਲਈ ਆ 4-4 ਲੈਣਾ ਵਾਲੇ ਟਾਇਰ ਲਾਏ ਹੋਏ ਨੇ ਦੱਸੋ ਅੱਗੇ 2 ਟਾਇਰਾਂ ਵਾਲਾ ਨੀ ਮਾਣ ਹੁੰਦੇ ਇਹ 4-4 ਟਾਇਰਾਂ 8-8 ਟਾਇਰ ਦੇ ਪਿੱਛੇ ਲਾਏ ਪਏ ਨੇ ਦੱਸੋ ਇਹ ਕਿੰਨੇ ਟਾਇਰ ਹੋਣਗੇ ਭਾਜੀ ਗੱਡੀ ਇਹ 8 ਅਗਲੇ 16 ਪਿੱਛੇ ਨੇ ਹਾਂ 16 ਦੇ ਪਿੱਛੇ ਲੱਗੇ ਹੋਏ ਨੇ ਹਾਂਜੀ ਅੱਗੇ ਕਰੋ ਹਾਂ ਜਰਾ ਮੈਂ ਅੱਗੇ ਲੰਘਣ ਦੇਵੇ ਤੇ ਮੈਂ ਅੱਗੇ ਕਰਾਂ ਇਧਰੋਂ ਉਧਰੋਂ ਸਾਰੀ ਰੋਡ ਬਲੌਕ ਕੀਤੀ ਪਈ ਹੈ 8-8 16 16 2 32 33 34 ਟਾਇਰ ਨੇ ਭਾਜੀ ਬੱਲੇ 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 ਮੈਂ ਕਹਿ ਰਿਹਾ ਸੀ 34 ਟਾਇਰ ਦਾ ਟਰੱਕ ਕਿੰਨੇ ਜ਼ਿਆਦਾ ਜੇ ਮਤਲਬ ਹੈਵੀ ਲੋਡਡ ਹੈ ਸਮਾਪਤੀ ਕਰਦੇ ਹਾਂ ਜੀ ਅੱਜ ਤੁਹਾਨੂੰ ਸੁਰ ਸਿੰਘ ਲੈ ਕੇ ਗਏ ਕੀਰਤਨ ਸੁਣਾਇਆ ਜੀ ਅਤੇ ਸਾਰੀ ਸੰਗਤ ਨੇ ਬਹੁਤ ਪਿਆਰ ਦਿੱਤਾ ਜੀ ਬਹੁਤ ਹੀ ਪਿਆਰ ਵਾਲੀ ਪਿੰਡ ਦੀ ਸੰਗਤ ਬੜੀ ਇੱਕ ਸਾਦਗੀ ਵਾਲੀ ਅਤੇ ਉੱਦਾਂ ਵੀ ਤੁਹਾਨੂੰ ਪਤਾ ਪਿੰਡ ਦਾ ਜਿਹੜਾ ਮਾਹੌਲ ਹੈ ਬੜਾ ਸਾਦਾ ਅਤੇ ਪਿਆਰ ਵਾਲਾ ਮਾਹੌਲ ਹੁੰਦਾ ਅਤੇ ਬੜਾ ਹੀ ਚੰਗਾ ਲੱਗਾ ਕੀਰਤਨ ਕਰਕੇ ਜ਼ੋਰ ਵੀ ਬੜਾ ਲੱਗਾ ਅਤੇ ਮਹਾਂਪੁਰਖਾਂ ਦੇ ਅਸਥਾਨ 'ਤੇ ਦਰਸ਼ਨ ਦੇ ਦਾਰੇ ਵੀ ਹੋ ਗਏ ਅਤੇ ਬਹੁਤ ਚੰਗਾ ਲੱਗਾ ਜੀ ਅਤੇ ਇੱਥੇ ਵਲੌਗ ਦੀ ਸਮਾਪਤੀ ਕਰਦੇ ਹਾਂ ਜਲਦੀ ਨਵਾਂ ਵਲੌਗ ਲੈ ਕੇ ਹਾਜ਼ਰ ਹੋਵਾਂਗੇ ਜੀ ਅਤੇ ਜਿਨ੍ਹਾਂ ਨੇ ਅਜੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਜਿਹੜੇ ਨਵੇਂ ਆਏ ਨੇ ਚੈਨਲ 'ਤੇ ਉਹਨਾਂ ਦਾ ਸਵਾਗਤ ਹੈ ਜੀ ਅਤੇ ਉਹ ਜ਼ਰੂਰ ਸਬਸਕ੍ਰਾਈਬ ਕਰਕੇ ਜਾਇਓ ਜੀ ਤੁਹਾਡੇ ਇੱਕ ਸਬਸਕ੍ਰਾਈਬ ਕਰਨ ਨਾਲ ਲਾਈਕ ਕਰਨ ਨਾਲ ਵੀਡੀਓ ਨੂੰ ਸਾਨੂੰ ਸਿਰਫ ਮੋਟੀਵੇਸ਼ਨ ਮਿਲਦੀ ਹੈ ਜਿਹਦੇ ਨਾਲ ਸਾਨੂੰ ਇਹ ਪਤਾ ਲੱਗਦਾ ਕਿ ਤੁਸੀਂ ਪਿਆਰ ਕਰਦੇ ਹੋ ਅਤੇ ਅਸੀਂ ਫਿਰ ਵੀਡੀਓ ਹੋਰ ਬਣਾਉਂਦੇ ਰਹਿੰਦੇ ਹਾਂ ਅਤੇ ਜਦੋਂ ਤੁਹਾਡੇ ਪਿਆਰ 'ਚ ਕੋਈ ਘਾਟ ਰਹਿ ਜਾਵੇ ਪਰ ਸਾਨੂੰ ਲੱਗਦਾ ਵੀ ਉਹ ਮੋਟੀਵੇਸ਼ਨ ਘੱਟ ਰਹੀ ਹੈ ਵੀਡੀਓ ਬਣਾਉਣ ਦੀ ਸੋ ਪਿਆਰ ਕਰਦੇ ਰਹੋ ਲਾਈਕ ਕਰੋ ਸ਼ੇਅਰ ਕਰੋ ਸਬਸਕ੍ਰਾਈਬ ਕਰੋ ਚੈਨਲ ਨੂੰ
ਤੇ ਆਪਾਂ ਨਵੀਂ ਵੀਡੀਓ ਫਿਰ ਲੈ ਕੇ ਆਵਾਂਗੇ, ਫਿਰ ਨਵੇਂ ਸਫ਼ਰ 'ਤੇ ਚੱਲਾਂਗੇ, ਤੁਹਾਨੂੰ ਟਰੈਵਲਿੰਗ ਅਸੀਂ ਨਾਲ ਨਾਲ ਕਰਾਵਾਂਗੇ ਜੀ। ਬਹੁਤ ਬਹੁਤ ਧੰਨਵਾਦ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਲਓ ਜੀ ਯਾਰ, ਰਸਤਾ ਫਿਰ ਰੁਕ ਗਿਆ ਸਾਡਾ, ਇਹਨਾਂ ਲਈ ਤਾਂ ਕੋਈ ਅਲੱਗ ਰੋਡ ਚਾਹੀਦੀ ਹੈ। ਉਹਨਾਂ ਨੇ ਪੌੜੀ ਲਾਈ ਤਾਂ ਹੋਈ, ਕਹਿੰਦੇ ਚੜ੍ਹ ਜਾਓ ਉੱਪਰ।